ਜੰਗ ਦੌਰਾਨ ਢਹਿ ਢੇਰੀ ਹੋਇਆ ਸਕੂਲ ਯਮਨ ਦੀ ਫਰੰਟ ਲਾਈਨ 'ਤੇ ਸਥਿਤ ਹੈ, ਪਰ ਇੱਥੇ ਅਜੇ ਵੀ ਸੈਂਕੜੇ ਬੱਚੇ ਪੜ੍ਹਾਈ ਕਰਨ ਦੇ ਲਈ ਆਉਂਦੇ ਨੇ। ਜੰਗ ਕਾਰਨ ਸਟਾਫ ਨੂੰ ਤਨਖਾਹ ਨਹੀਂ ਮਿਲ ਰਹੀ। ਜਦੋਂ ਅਧਿਆਪਕ ਨਹੀਂ ਆਉਂਦੇ ਨੇ, 9 ਸਾਲਾਂ ਦਾ ਅਹਿਮਦ ਬੱਚਿਆਂ ਦੀ ਕਲਾਸ ਲੈਂਦਾ ਹੈ। ਮੈਂ ਬੱਚਿਆਂ ਨੂੰ ਉਹ ਪੜ੍ਹਾਉਂਦਾ ਹਾਂ ਜੋ ਮੈਂ ਪੜ੍ਹ ਚੁੱਕਿਆ। ਮੈਨੂੰ ਕੁਰਾਨ ਅਤੇ ਵਿਗਿਆਨ ਪੜ੍ਹਾਉਣਾ ਸੌਖਾ ਲੱਗਦਾ। ਅਹਿਮਦ ਜਨਮ ਤੋਂ ਹੀ ਜੋਤਹੀਣ ਹੈ। ਸਾਨੂੰ ਨਵਾਂ ਸਕੂਲ, ਕੁਰਸੀਆਂ, ਦਰਵਾਜ਼ੇ, ਖਿੜਕੀਆਂ, ਬਲੈਕ ਬੋਰਡ, ਲਾਈਟਾਂ ਅਤੇ ਬੈਟਰੀਆਂ ਚਾਹੀਦੀਆਂ ਨੇ। ਸਭ ਤੋਂ ਅਹਿਮ ਗੱਲ ਹੈ ਕਿ ਉਹ ਕੰਮ ਕਰਦੇ ਹੋਣ। ਅਸੀਂ ਚਾਹੁੰਦੇ ਹਾਂ ਕਿ ਸਿਖਰ ਲਈ ਮੰਜ਼ਿਲ ਦੁਬਾਰਾ ਬਣਾਈ ਜਾਵੇ। ਹਵਾ ਅਤੇ ਸੂਰਜ ਤੋਂ ਬਚਣ ਲਈ ਦਰਵਾਜ਼ੇ ਅਤੇ ਖਿੜਕੀਆਂ ਮੁੜ ਬਣਨ, ਤਾਂ ਜੋ ਮੀਂਹ ਦਾ ਪਾਣੀ ਸਾਡੇ 'ਤੇ ਨਾ ਡਿੱਗੇ। ਹਾਉਥੀ ਬਾਗਿਆਂ ਵੱਲੋਂ ਇਸ 'ਤੇ ਕਬਜ਼ਾ ਕਰਨ ਤੋਂ ਬਾਅਦ 2016 ਦੇ ਵਿੱਚ ਇਹ ਸਕੂਲ ਬੰਦ ਹੋ ਗਿਆ ਸੀ। ਉਹਨਾਂ ਨੂੰ ਸਰਕਾਰ ਵੱਲੋਂ ਬਾਹਰ ਕੱਢਣ ਤੋਂ ਬਾਅਦ ਇਹ ਸਕੂਲ ਮੁੜ ਤੋਂ ਸ਼ੁਰੂ ਹੋਇਆ। ਜੰਗ ਦੀਆਂ ਆਵਾਜ਼ਾਂ ਸਕੂਲ ਤੋਂ ਸੁਣੀਆਂ ਜਾ ਸਕਦੀਆਂ ਨੇ। ਅਸੀਂ ਹਮੇਸ਼ਾ ਇਹ ਆਵਾਜ਼ ਸੁਣਦੇ ਹਾਂ। ਜਦੋਂ ਮੈਂ ਇਹ ਆਵਾਜ਼ ਸੁਣਦਾ, ਮੈਨੂੰ ਲੱਗਦਾ ਹੈ ਕਿ ਮੈਂ ਮਰ ਜਾਵਾਂਗਾ। ਸਾਨੂੰ ਡਰ ਲੱਗਦਾ ਹੈ ਕਿ ਗੋਲੀਆਂ ਚੱਲ ਸਕਦੀਆਂ ਹਨ। ਅਸੀਂ ਖਤਰੇ 'ਚ ਆਉਂਦੇ ਹਾਂ ਅਤੇ ਖਤਰੇ 'ਚ ਹੀ ਜਾਂਦੇ ਹਾਂ। ਅਸੀਂ ਆਪਣੇ ਦੋਸਤਾਂ ਨੂੰ ਮਿਲਣ ਅਤੇ ਪੜ੍ਹਾਈ ਕਰਨ ਲਈ ਸਕੂਲ ਆਉਂਦੇ ਹਾਂ, ਤਾਂ ਕਿ ਅਸੀਂ ਡਾਕਟਰ ਜਾਂ ਕੁਝ ਅਜਿਹਾ ਬਣ ਸਕੀਏ ਜੇਕਰ ਰੱਬ ਨੇ ਚਾਹਿਆ ਤਾਂ। ਸਾਡੇ ਲਈ ਇਹ ਹਮੇਸ਼ਾ ਖਤਰਨਾਕ ਹੁੰਦਾ ਹੈ। ਅਸੀਂ ਚਾਹੁੰਦੇ ਹਾਂ ਕਿ ਜੰਗ ਖਤਮ ਹੋਵੇ। ਤੁਸੀਂ ਜੰਗ ਦੌਰਾਨ ਸ਼ਾਂਤ ਨਹੀਂ ਰਹਿ ਸਕਦੇ।